ਥਾਣਾ ਸਲਿੰਡਾ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਦੀਪਾਵਲੀ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਇਹ ਤਿਉਹਾਰ ਸਾਰਿਆਂ ਦੇ ਪਰਿਵਾਰ 'ਚ ਖੁਸ਼ੀਆਂ ਲੈ ਕੇ ਆਵੇ। ਨਾਲ ਹੀ ਮੈਂ ਸਾਰੇ ਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਤੁਸੀਂ ਬਾਜ਼ਾਰ ਦੇ ਵਿੱਚ ਕੋਈ ਸ਼ੋਪਿੰਗ ਵਾਸਤੇ ਜਾਂਦੇ ਹੋ, ਤੁਹਾਡੇ ਕੋਲ ਬਾਈਕ ਹੈ, ਕਾਰ ਹੈ, ਉਹਨੂੰ ਪਾਰਕਿੰਗ ਇਸ ਤਰੀਕੇ ਨਾਲ ਕੀਤੀ ਜਾਵੇ ਤਾਂ ਕਿ ਪਿੱਛੋਂ ਕਿਸੇ ਨੇ ਲੰਘਣਾ ਹੈ, ਅੱਗੇ ਆਉਣਾ ਹੈ, ਉਹਨੂੰ ਕੋਈ ਤਿਉਹਾਰ ਜਾਂ ਰਸ਼ ਜ਼ਿਆਦਾ ਹੁੰਦਾ, ਉਹਨੂੰ ਕੋਈ ਪਰੇਸ਼ਾਨੀ ਨਾ ਹੋਵੇ। ਅਤੇ ਨਾਲ ਹੀ ਜਦੋਂ ਤੁਸੀਂ ਬਾਜ਼ਾਰ ਦੇ ਵਿੱਚ ਦੀ ਲੰਘ ਰਹੇ ਹੋ, ਤੁਹਾਨੂੰ ਕੋਈ ਸ਼ੱਕੀ ਚੀਜ਼ ਲੱਗਦੀ ਹੈ, ਕੋਈ ਪਰਸ ਹੈ, ਕੋਈ ਬੈਗ ਹੈ, ਕੋਈ ਇੱਦਾਂ ਦਾ ਹੋਰ ਕੋਈ ਮਤਲਬ ਜਿੱਥੇ ਡਾਊਟਫੁੱਲ ਲੱਗਦਾ, ਉਹ ਤੁਰੰਤ ਕਿਸੇ ਮੋਹਤਰ ਬੰਦੇ ਨੂੰ ਜਾਂ ਸਾਨੂੰ ਇੱਕਦਮ ਸੂਚਨਾ ਦਿੱਤੀ ਜਾਵੇ ਤਾਂ ਕਿ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ। ਨਾਲ ਹੀ ਤਿਉਹਾਰਾਂ ਦੇ ਜਿਹੜਾ ਦੀਪਾਵਲੀ ਦਾ ਤਿਉਹਾਰ ਹੈ, ਇਹ 'ਚ ਪਟਾਕਿਆਂ ਦੀ ਵਰਤੋਂ ਹੁੰਦੀ ਹੀ ਹੁੰਦੀ ਹੈ, ਕਿਉਂਕਿ ਇੱਕ ਰਸਮ ਹੈ। ਇਹ ਰਸਮ ਨੂੰ ਇਸ ਤਰੀਕੇ ਨਾਲ ਨੇਪਰੇ ਚੜ੍ਹਿਆ ਜਾਵੇ, ਜਦੋਂ ਬੱਚਿਆਂ ਦੇ ਵਿੱਚ ਤੁਸੀਂ ਇਸ ਦੀ ਵਰਤੋਂ ਕਰਦੇ ਹੋ ਤਾਂ ਖੁਦ ਨਾਲ ਰਹੋ, ਕੋਈ ਮਤਲਬ ਰੇਤਾ ਪਾਣੀ ਹੈ ਉਹ ਨੇੜੇ ਰੱਖੋ ਤਾਂ ਕਿ ਮਤਲਬ ਇੱਕਦਮ ਅਗਰ ਐਸੀ ਘਟਨਾ ਵਾਪਰਦੀ ਹੈ ਉਸਨੂੰ ਕੰਟਰੋਲ ਕੀਤਾ ਜਾ ਸਕੇ। ਇਕੱਲੇ ਬੱਚਿਆਂ ਨੂੰ ਆਗਿਆ ਨਾ ਦੇਵੋ ਕਿ ਉਹ ਆਪਣੇ ਤੌਰ 'ਤੇ ਪਟਾਕੇ ਚਾਲਣ, ਕੋਈ ਸਾਡੇ ਉਹ ਪਰਿਵਾਰ ਦਾ ਇੱਕ ਹਿੱਸਾ ਨੇ, ਉਹਨਾਂ ਨੂੰ ਮਤਲਬ ਆਪਾਂ ਐਸੀ ਚੀਜ਼ ਤੋਂ ਰੋਕਣਾ।